सेहत विभाग पठानकोट की ओर से सिविल अस्पताल पठानकोट में SMO भूपिंदर सिंह की अध्यक्षता में पर्यावरण सप्ताह के उपलक्ष्य में कार्यक्रम करवाया गया। गौरतलब है कि 5 जून को वर्ल्ड एनवायरनमेंट डे मनाया जाता है। सेहत विभाग ने एनवायरनमेंट सप्ताह के उपलक्ष्य में साइकिल रैली निकाल लोगों को पर्यावरण के संरक्षण के प्रति जागरूक किया। ਜਿਵੇਂ ਕਿ ਸਭ ਨੂੰ ਪਤਾ ਕਿ 5th ਜੂਨ ਨੂੰ ਵਰਲਡ ਇਨਵਾਇਰਮੈਂਟ ਡੇ ਮਨਾਇਆ ਜਾਂਦਾ ਹੈ ਉਹਦੇ ਉਪਲਕਸ਼ ਦੇ ਵਿੱਚ ਅਸੀਂ ਪੂਰਾ ਵੀਕ ਜਿਹੜਾ ਹੈਗਾ ਉਹ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਦੇ ਹਾਂ ਇਨਵਾਇਰਮੈਂਟ ਦੇ ਬਾਰੇ 'ਚ। ਖਾਸ ਤੌਰ 'ਤੇ ਜਿਹੜਾ ਸਾਡਾ ਸਟ੍ਰੈਸ ਹੈਗਾ ਉਹ ਏਅਰ ਪੋਲਿਊਸ਼ਨ ਦੇ ਬਾਰੇ 'ਚ ਹੈ, ਜਿਹੜੀ ਕਿ ਬਹੁਤ ਖਤਰਨਾਕ ਤਰੀਕੇ ਨਾਲ ਪੂਰੇ ਹਿੰਦੁਸਤਾਨ 'ਚ ਵੱਧ ਰਹੀ ਹੈ। ਔਰ ਅਸੀਂ ਲੋਕਾਂ ਨੂੰ ਕੌਸ਼ੀਅਸ ਕੀਤਾ ਕਿ ਇੱਕ ਤਾਂ ਜਿਹੜੀ ਪੋਲਿਊਸ਼ਨ ਹੈ ਉਹਨੂੰ ਰੋਕਿਆ ਜਾਏ, ਜਿਹਦੇ ਪਲਾਸਟਿਕ ਵਗੈਰਾ ਹੈ ਉਹਦੀ ਵਰਤੋਂ ਘੱਟ ਕੀਤੀ ਜਾਏ, ਅਗਰ ਕਰਨੀ ਹੈ ਤਾਂ ਉਹਦਾ ਕਮ ਸੇ ਕਮ ਬਰਨਿੰਗ ਨਾ ਕੀਤੀ ਜਾਏ, ਕਿਉਂਕਿ ਉਹ ਜਿਹੜੀਆਂ ਗੈਸਿਸ ਨਿਕਲਦੀਆਂ ਬੜੀਆਂ ਖਤਰਨਾਕ ਹੁੰਦੀਆਂ। ਇਸ ਤੋਂ ਇਲਾਵਾ ਸਾਰੇ ਜਿਵੇਂ ਏਅਰ ਪੋਲਿਊਸ਼ਨ ਦੇ ਵਿੱਚ ਜਿਹੜੇ ਸਾਡੇ ਜਨਰੇਟਰਸ ਹੈ ਉਹਨਾਂ ਦਾ ਜਿਹੜਾ ਪੂਰੇ ਨੋਰਮਸ ਠੀਕ ਹੋਣੇ ਚਾਹੀਦੇ ਆ, ਗੱਡੀਆਂ ਦੇ ਨੋਰਮਸ ਠੀਕ ਹੋਣੇ ਚਾਹੀਦੇ ਆ। ਔਰ ਇਸ ਤੋਂ ਇਲਾਵਾ ਅਸੀਂ ਕੋਸ਼ਿਸ਼ ਕਰਨੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਪਲਾਂਟੇਸ਼ਨ ਕੀਤੀ ਜਾਵੇ ਤਾਂ ਕਿ ਜਿਹੜਾ ਅਸੀਂ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਹੈਗੀਆਂ, ਕਮਿੰਗ ਜਨਰੇਸ਼ਨਸ, ਉਹਨਾਂ ਨੂੰ ਇੱਕ ਅੱਛਾ ਅਸੀਂ ਆਪਣਾ ਐਟਮੋਸਫੇਅਰ ਦੇ ਸਕੀਏ ਤਾਂ ਕਿ ਉਹਨਾਂ ਨੂੰ ਜਿਹੜੀ ਹੈ ਕਲਾਈਮੇਟ ਦੇ ਨਾਲ ਹਾਰਡਸ਼ਿਪਸ ਨਾ ਉਹਨਾਂ ਨੂੰ ਸਹਿਣੀਆਂ ਪੈਣ। ਅੱਜ ਸਿਵਲ ਹੋਸਪਿਟਲ ਲੋਕਾਂ ਨੂੰ ਇਸ ਦੇ ਬਾਰੇ ਅਵੇਅਰ ਕਰਨ ਲਈ ਅੱਜ ਸਿਵਲ ਹੋਸਪਿਟਲ ਪਠਾਨਕੋਟ ਦੇ ਵਿੱਚੋਂ ਅਸੀਂ ਡਾਕਟਰਸ ਨੇ ਰੈਲੀ ਕੱਢੀ ਹੈ ਜਿਹੜੀ ਕਿ ਪੂਰੇ ਸ਼ਹਿਰ 'ਚੋਂ ਨਿਕਲੀ ਹੈ, ਔਰ ਸਾਡਾ ਜਿਹੜਾ ਮਕਸਦ ਹੈ ਉਹ ਲੋਕਾਂ ਨੂੰ ਇਨਵਾਇਰਮੈਂਟ ਦੇ ਪ੍ਰਤੀ ਜਿਹੜਾ ਹੈ ਉਹ ਜਾਗਰੂਕ ਕਰਾਉਣਾ ਹੈ।